ওই গড়ি বেড়া বাইতে গেলে ইদা খরচা না থাকে ਮੇਰੇ ਵਰਗਾ ਬੰਦਾ ਜਿਹਦੀ ਔਕਾਤ ਸ਼ਾਇਦ ਮੈਡਮ ਸੌਟ ਜਾ ਕੇ ਫੋਟੋ ਕਰਾਉਣ ਦੀ ਵੀ ਨਹੀਂ ਉਹਦੀ ਜੇ ਰਿਕਸ ਫਿਗਰ ਲੱਗ ਜਾਵੇ ਤਾਂ ਤੁਸੀਂ ਦੱਸੋ ਕਿੱਦਾਂ ਦਾ ਫੀਲ ਕਰ ਸਕਦੇ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਮੈਡਮ ਟੁਸੌਡ ਖੁਦ ਜਾ ਵੀ ਸਕਦਾ ਪਰ ਪਤਾ ਨਹੀਂ ਮਹਾਰਾਜ ਦੀ ਮਰਜ਼ੀ ਮੈਂ ਕੀ ਕਹਾਂ ਪਲੀਜ਼ ਕਿਹੜਾ ਬਟਨ ਦਬਣਾ ਹੈ ਕੋਈ ਹੋਰ ਇਹਦਾ ਲੱਗਦਾ ਨਹੀਂ ਵਾਕਈ ਸਾਹਮਣੇ ਇੰਨਾ ਵਧੀਆ ਬਣਿਆ ਮੈਂ ਵੀ ਨਕਲੀ ਲੱਗਦਾ ਸੋ ਮੈਂ ਵੀ ਕਰਾਂਗਾ ਫੋਟੋ ਪਾਸ ਅੱਜ ਮੈਨੂੰ ਪਤਾ ਲੱਗਿਆ ਦਿਲਜੀਤ ਕਿੱਦਾਂ ਦਾ ਵਾਹ ਅਮੇਜ਼ਿੰਗ ਮੈਂ ਇੱਕ ਵਾਰੀ ਇੰਗਲੈਂਡ ਜਦੋਂ ਗਿਆ ਸੀ ਉਦੋਂ ਕੋਰਟ ਤੋਂ ਲੰਘੇ ਸੀ ਮਤਲਬ ਪਾਸ ਸੇ ਗੁਜ਼ਰੇ ਥੇ ਹਾਂ ਕਿਸੀ ਫਰੈਂਡ ਕੇ ਸਾਥ ਤੋ ਇੱਕ ਲੰਬੀ ਸੀ ਲਾਈਨ ਲੱਗੀ ਹੋਈ ਸੀ ਬਾਹਰ ਤੋ ਮੈਨੇ ਪੁੱਛਾ ਥਾ ਕਿ ਯਾਰ ਯੇ ਕਿਆ ਹੈ ਲੋਕ ਕਿਆ ਦੇਖ ਰਹੇ ਹੈ ਕਿਉਂਕਿ ਹਮਾਰੇ ਗਾਂਵ ਮੇਂ ਮੇਲੇ ਵੇਲੇ ਹੋਤੇ ਮੈਂ ਅੰਦਰ ਕੌਨ ਸੇ ਕੋ ਝੂਲੇ ਲੱਗੇ ਹੈ ਨਾ ਕਹਿੰਦੇ ਝੂਲੇ ਨਹੀਂ ਯਹਾਂ ਜੋ ਬੜੇ ਬੜੇ ਬੰਦੇ ਹੈ ਉਨਕੇ ਵੈਕਸ ਫਿਗਰਸ ਹੈ ਤੋ ਮੈਂ ਸੋਚਾ ਥਾ ਯਾਰ ਸ਼ਾਮ ਕਾ ਮੈਂ ਵੀ ਕਭੀ ਜਾਊਂਗਾ ਅੰਦਰ ਸੋ ਆਜ ਤੋ ਇਨਕੀ ਫੈਮਿਲੀ ਕਾ ਹਿੱਸਾ ਹੂੰ ਥੈਂਕ ਯੂ ਯਾਰ ਥੈਂਕ ਯੂ ਸੋ ਮਚ ਮੈਂ ਵੀ ਪਹਿਲੇ ਸਟੈਚੂ ਹੀ ਕਿਹਾ ਸੀ ਕਹਿੰਦੇ ਵੀ ਅਸੀਂ ਬਹੁਤ ਮਾਣ ਕਰਦੇ ਹਾਂ ਤੁਸੀਂ ਫਿਗਰ ਕਿਉਂ ਸਟੈਚੂ ਨਾ ਕਿਉਂ ਸੋ ਕੋਈ ਨਹੀਂ ਅਸੀਂ ਸਾਰੇ ਸਟੈਚੂ ਹੀ ਕਹਿੰਦੇ ਹਾਂ ਫਿਗਰ ਕਹਿ ਲੈਣੇ ਚਲੋ ਸੌਰੀ ਪਰ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਕਿ ਜਿਹੜਾ ਬੰਦਾ ਪੱਗ ਬੰਨਦਾ ਹੈ ਉਹਦੀ ਪਹਿਲੀ ਪਹਿਲਾ ਜਿਹੜਾ ਫਿਗਰ ਆ ਮੈਡਮ ਦਸੌਂਜ਼ ਲੱਗਿਆ ਮੇਰੇ ਲਈ ਵੀ ਮਾਣ ਵਾਲੀ ਗੱਲ ਹੈ ਮੇਰੇ ਫੈਨਸ ਉਹਨਾਂ ਲਈ ਵੀ ਸਾਰਿਆਂ ਲਈ ਮਾਣ ਵਾਲੀ ਗੱਲ ਸਾਡੇ ਸਾਹਮਣੇ ਮੈਡਮ ਦਸੌਂਜ਼ ਜਾ ਕੇ ਕਿਸੇ ਵੈਕਸ ਫਿਗਰ ਨਾਲ ਫੋਟੋ ਕਰਾਉਣੀ ਮੇਰੀ ਔਕਾਤ ਨਹੀਂ ਮਹਾਰਾਜ ਨੇ ਕਿਰਪਾ ਕੀਤੀ ਹੈ ਮੇਰੇ ਲਈ ਸੁਪਨਾ ਮੈਂ ਸੋਚਿਆ ਨਹੀਂ ਸੀ ਮੈਨੂੰ ਟੀਮ ਵੀ ਸਾਰੇ ਪੁੱਛਦੇ ਸੀ ਕਿ ਤੁਸੀਂ ਕਿੱਦਾਂ ਫੀਲ ਕਰਦੇ ਪਏ ਮੈਨੂੰ ਮੇਰੇ ਅੰਦਰ ਫੀਲ ਮੈਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਮੇਰਾ ਇਹ ਸੁਪਨਾ ਨਹੀਂ ਸੀ ਬਟ ਥੈਂਕ ਯੂ ਮੈਡਮ ਤੁਸੌਂਜ਼ ਇਹਨਾਂ ਨੇ ਮੇਰੇ ਸੁਪਨੇ 'ਚ ਵਾਧਾ ਕੀਤਾ ਮੈਂ ਸੋਚਿਆ ਨਹੀਂ ਸੀ ਤੇਰੇ ਤੋਂ ਮੈਨੂੰ ਪਤਾ ਲੱਗਦਾ ਬਲੈਂਕ ਮੇਰੀ ਬਿਲਕੁਲ ਦਿਮਾਗ ਬਲੈਂਕ ਮੈਂ ਸਭ ਦਾ ਥੈਂਕ ਯੂ ਕਰਨਾ ਚਾਹੂੰਗਾ ਜੋ ਲੋਕਾਂ ਨੇ ਟਾਈਮ ਨਿਕਾਲ ਕੇ ਯਹਾਂ ਆਏ ਔਰ ਸਭ ਦਾ ਬਹੁਤ ਬਹੁਤ ਧੰਨਵਾਦ ਕੁਛ ਗਲਤ ਬੋਲ ਗਿਆ ਹੋ ਤੋ ਉਸਕੇ ਲਈ ਅਭੀ ਸੇ ਮਾਫੀ ਔਰ थैंक यू सो मच मैडम टुसौड्स की पूरी टीम का और प्रिंट मीडिया इलेक्ट्रॉनिक मीडिया सबका बहुत बहुत धन्यवाद।